ਅਸਲਾਮੁਅਲੈਕੁਮ ਦੋਸਤੋ, ਵੈਲਕਮ ਬੈਕ ਟੂ ਮਾਈ YouTube ਚੈਨਲ ਉਸਤਾਦ ਬਿੱਲਾ ਵਿਜ਼ਨ ਕਲੱਬ। ਤੁਸੀਂ ਦੱਸੋ ਭਾਈ, ਠੀਕ ਠਾਕ ਹੋਗੇ, ਫਿਟ ਫਾਟ ਹੋਗੇ? ਲਓ ਦੋਸਤੋ, ਭਾਈ ਕੋਲ ਲੈ ਕੇ ਆਏ ਆ ਠੇਕੇਦਾਰ ਭਾਈ ਹੈ, ਔਰ ਇਹਨਾਂ ਕੋਲ ਐਸਟੀਮੇਟ ਲੈਂਦੇ ਆ। ਯਾਰ ਜ਼ੀਰਾ ਕਿਹੜਾ ਬੈਠਾ ਜੀ? ਆ ਬਾਹ ਬਾਹਰ ਕੱਢਿਆ ਇਹ ਜ਼ੀਰਾ ਕਬੂਤਰ। ਲੇਬਰ ਦੇਖੋ ਮੇਰੀ ਗੱਲ ਸੁਣੋ, ਤੁਸੀਂ ਆਈਏ ਤੁਹਾਨੂੰ ਅਸੀਂ ਪੁੱਛਿਆ ਰਫ ਟੈਪ, ਠੀਕ ਹੈ ਨਾ? ਤੇ ਜਿਹੜਾ ਮਟੀਰੀਅਲ ਉੱਕਾ ਮੁੱਕਾ ਤੁਸੀਂ ਕਰੋਗੇ? ਚਲੋ ਮੈਂ ਸ਼ਾਹ ਸਾਹਿਬ ਨਾਲ ਰਾਤ ਗੱਲ ਕਰ ਲੈਣਾ, ਜਿਹਨਾਂ ਨੇ ਤੁਹਾਨੂੰ ਭੇਜਿਆ, ਤੁਸੀਂ ਉਹਨਾਂ ਨੂੰ ਤਾਰਾ ਦੱਸ ਦਿੱਤਾ, ਨਾਪ ਤੁਸੀਂ ਲਿਆ, ਜੋ ਵੀ ਇਹ ਸਾਰਾ ਜੋ ਕੁਛ ਨਾਪ ਇਸ ਹਿਸਾਬ ਨਾਲ ਦੱਸ ਰਿਹਾ, ਫਿਰ ਉਹਨਾਂ ਨੂੰ ਪੁੱਛਾਂਗਾ ਜਾ ਕੇ ਕਿ ਇਹਦੇ 'ਚ ਮਟੀਰੀਅਲ ਕਿੰਨੇ ਦਾ ਤੇ ਮਜ਼ਦੂਰੀ ਕਿੰਨੇ ਦੀ। ਫਿਰ ਮੈਂ ਸ਼ਾਹ ਸਾਹਿਬ ਨਾਲ ਗੱਲ ਕਰਾਂਗਾ, ਪੈਸੇ ਦੇ ਵਿੱਚ ਪਾ ਕੇ ਭਾਈ ਕਹਿ ਰਹੇ ਨੇ ਪੂਰਾ ਸਾਡੇ ਜ਼ਿਲ੍ਹਾ, ਤੁਸੀਂ ਆਪਣੇ ਮਜ਼ਦੂਰੀ ਵਿੱਚ ਪਾ ਦੇ, ਸਮਾਨ ਵੀ ਤੁਸੀਂ ਲਿਆਓਗੇ, ਲੇਕਿਨ ਅਗਰ ਸਮਾਨ ਅਸੀਂ ਲੈ ਕੇ ਆਈਏ ਯਾਰ, ਹੁਣ ਪੂਰੀ ਗੱਲ ਇਹਨਾਂ ਦੀ ਇਹਨੇ ਥੋੜ੍ਹੀ ਦੱਸਣੀ, ਸ਼ਾਹ ਸਾਹਿਬ ਦੱਸਣਗੇ। ਇੱਧਰ ਉੱਧਰ ਸੂਰਜ ਹੈਗਾ, ਇੱਧਰ ਆਈਓ ਵੱਡੇ ਕੋ। ਜੋ ਵਾਧਾ ਘਾਟਾ ਕਰਕੇ ਮੈਨੂੰ ਦੱਸਣਗੇ ਮਟੀਰੀਅਲ ਕਿੰਨਾ, ਫਿਰ ਘਾਟਾ ਵਾਧਾ ਤੇ ਕਰਾਂਗੇ ਨਾ, ਪਰ ਉਹਨਾਂ ਨੇ ਕਰੇਗਾ। ਮਿਹਰਬਾਨੀ ਭਾਈ ਜਾਨ, ਤੁਸੀਂ ਆਏ ਤੁਹਾਡੀ ਮੁਹੱਬਤ ਭਾਈ ਜਾਨ, ਮਿਹਰਬਾਨੀ ਜੀ। ਕੰਮ ਮਾਸ਼ਾਅੱਲਾ, ਅੱਲਾਹ ਖੈਰ ਕਰੇ, ਇੱਕ ਦੋ ਤਿੰਨ ਦਿਨਾਂ ਦੇ ਕੰਮ ਨੂੰ ਕਰਨੇ ਸ਼ੁਰੂ, ਇਨਸ਼ਾਅੱਲਾ ਇਨਸ਼ਾਅੱਲਾ ਭਾਈ ਜੀ ਆਏ ਨੇ ਤੇ ਕੰਮ ਇਨਸ਼ਾਅੱਲਾ ਕਰਨੇ, ਇੱਕ ਦੋ ਇਨਸ਼ਾਅੱਲਾ ਤੇ ਛਮਾਈ ਜੀ ਕੰਮ ਸ਼ੁਰੂ ਹੋਏਗਾ, ਜਾਲ ਪਹਿਲੇ ਲੱਥੇਗਾ, ਜਾਲ ਲਾਵਾਂਗੇ ਨਾ। ਅੱਛਾ ਅੱਛਾ, ਖੈਰ ਕਿਆ ਬਾਤ ਹੈ, ਚਲੋ 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 ਛਮਾਈ। ਹਾਂਜੀ ਹਾਂਜੀ, ਆਹੋ ਸ਼ਾਰਕਾ ਕਬੂਤਰ ਦਾ ਸ਼ੋਅ ਕਰੋ ਜਰਾ। ਕਿਆ ਬਾਤ ਹੈ ਜੀ, ਮਾਸ਼ਾਅੱਲਾ ਕੀ ਆਈ, ਕਿਆ ਬਾਤ, ਲਾਲ ਚਪੜਾ ਕਬੂਤਰ ਜੀ, ਕੈਸਾ ਜਾਨਵਰ ਹੈ, ਬਹੁਤ ਬਹੁਤ ਹੀ ਅੱਛਾ ਛਮਾਈ, ਮਾਸ਼ਾਅੱਲਾ ਕਿਆ ਬਾਤ।
ਸ਼ਾਮ ਵੀ ਬਾਹਰ ਛੱਡ ਰਹੇ ਹਾਂ, ਜਿਹੜਾ ਉੱਡ ਗਿਆ ਤੇ ਉੱਡ ਗਿਆ, ਹਾਂ ਜਿਹੜਾ ਜਾਂਦਾ ਉਹ ਜਾਏ ਵਤਨਾਂ ਨੂੰ। ਦੋਨੋਂ ਚੁੱਪੜੇ ਕਿਆ ਬਾਤ ਹੈ ਮਈ ਕਬੂਤਰ, ਇੱਕ ਤੋਂ ਇੱਕ ਵੱਧ ਦੇਸਾ, ਕਿਆ ਬਾਤ ਹੈ, ਕੈਸੀ ਚੀਜ਼ ਹੈ, ਮਸਤ 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 ਮੋਲ ਮੈਂ ਜੀਨੇ ਦੇ ਆਵੇ ਹੁੰਦਾ ਵੇ ਕਿਆ ਬੇਕ ਸਾਈਡ ਬੰਨੀ ਸਾਈਡ ਖੁੱਲੀ ਛੱਡਦਾ ਚਪੜਾ ਛੱਡਦਾ ਬਾਰ ਇੱਕ ਸਾਈਡ ਬੰਨੀ ਇੱਕ ਖੁੱਲੀ ਆਵੇ ਆਵੇ ਆਹ ਉਹਨੇ ਖਿਆਲ ਨਹੀਂ ਫਰਕ ਪੈ ਰਿਹਾ ਨਾ ਆਵੇ ਉੱਤੇ 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 ਵੇ ਉੱਤੇ ਵੇ ਤੋ ਉੱਤੇ ਵਾ ਉੱਡ ਕੇ ਗੇੜੇ ਪੈ ਗਈ ਨੇ ਨਹੀਂ ਆਹ ਦੋ ਸਾਲ ਗੇੜੇ ਪੈ ਗਏ ਜਾਦੂ ਚਾਚੂ ਫਿਰ ਮੇਰੀ ਵੀ ਛੁੱਟੀ ਹੋਈ ਹੈਗੀ ਯਾਰ ਜੋ ਵੀ ਹੈ ਨਾ ਸਾਰੇ ਨਵੇਂ ਨਵੇਂ ਯਾਰ ਮੈਂ ਤੇ ਕੱਲ ਉਹ ਮੇਰਾ ਯਾਰ ਫਿਰ ਆਇਆ ਸਬਜ਼ੀ ਐ ਚਪੜਾ ਛੱਡਿਆ ਆਵੇ 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 ਮੈਨੂੰ ਨੀ ਲੱਗਦਾ ਕਮੈਂਟ ਚ ਦੱਸੋ ਤਰ੍ਹਾਂ ਦੋਸਤੋ ਕਿਹੜੀ ਵੀਡੀਓ ਐਸੀ ਜਿੱਥੇ ਪਿੱਛੇ ਆਵਾਜ਼ ਨਾ ਆਉਂਦੀ ਹੋਵੇ ਚਾਪੇ ਐ ਬੜੇ ਫਾਸਟ ਮਿਸਤਰੀ ਗਈ ਕੋਠਾ ਕੰਪਲੀਟ ਕਰਤੇ ਚਾਰ ਦਿਨਾਂ ਦੇ ਵਿੱਚ ਹੋਵੇ ਇਹੀ ਲੱਗੇ ਹੀ ਜਾਵੇ ਇਹਨਾਂ ਨੂੰ ਦਸਤੀ ਕੰਮ ਮੁਕਾਇਆ ਉੱਥੇ ਦਸਤੀ ਉੱਕਾ ਬੁੱਕਾ ਕੰਮ ਮੁਕਾਇਆ ਆਹੋ ਫਿਰ ਆਏ ਫਿਰ ਆਏ ਗੋਭੀ 50 ਰੁਪਏ ਕਿਲੋ ਨੈਨੀ ਸਬਜ਼ੀ ਨਾ ਲਾ ਦੀ ਤੈਨੂੰ ਸਬਜ਼ੀ ਲਾ ਦਿਓ ਵੇਚ ਲਾਂਗੇ ਇਹਦੇ ਚ ਕੀ ਭਾਜੀ ਸੁਬਹ ਕਰਿਆ ਕਰ ਇੰਜ ਸੁਬਹ ਆਇਆ ਕਰ ਆ ਕੇ ਇਹਨਾਂ ਨੂੰ ਦਾਣਾ ਪਾਣੀ ਪਾਇਆ ਪਾਣੀ ਵੇਖਿਆ ਦੋਰੀਆਂ ਭਰੀਆਂ ਇੱਧਰ ਵੇਖਿਆ ਕਰ ਓਏ ਨਾਨੀ ਲਾ ਕੇ ਉਹ ਖੁੱਡੇ ਦੇ ਵਿੱਚ ਕੱਢ ਉਹ ਅੱਖਾਂ ਖਰਾਬ ਹੋਣ ਡੀਆਂ ਨੇ ਉਹ ਜ਼ਿਆਦਾਤਰ ਵਿੱਚ ਪਾ ਉਹਦੇ ਵਿੱਚੋਂ ਕੱਢ ਲਾ ਖੁੱਡੇ ਸਫਾਈ ਕਰਾ ਯਾਰ ਉਹਨੂੰ ਇਸ ਤਰ੍ਹਾਂ ਕਰ ਮੈਂ ਹੁਣੇ ਮਕਾਨਾ ਉਹਨੂੰ ਤੋਂ ਉੱਤੇ ਬਣਾ ਕੇ ਰਹਿ ਖਾਲੀ ਕਰ ਦਿਓ ਅੱਖਾਂ ਤਦ ਹੀ ਖਰਾਬ ਹੋ ਰਹੀਆਂ ਨੇ ਪਾਣੀ ਸ਼ਾਨੀ ਪਾਈ ਰੱਖੋ ਬਾਕੀ ਇਨਸ਼ਾਲਾ ਤਿਆਰੀ ਕਰੋ ਯਾਰ ਇਹਦਾ ਮਤਲਬ ਇਹ ਤਾਂ ਨੀ ਬਾਜ਼ੀਆਂ ਖਤਮ ਹੋਈ ਕਬੂਤਰਬਾਜ਼ੀ ਖਤਮ ਹੈ ਇੱਕ ਦੋ ਨੇ ਵੈਸੇ ਢਿੱਲਾ ਹੋਇਆ ਵਾ ਮੈਨੂੰ ਤਬੀਅਤ ਮੇਰੀ ਕਾਲੀ ਪੈਣ ਡਈ ਹੈ ਮੇਰੇ ਕੋਲ ਉੱਤੇ ਆਇਆ ਨੀ ਜਾ ਰਿਹਾ ਮੈਂ ਹੁਣ ਤਿਆਵਾਂਗਾ ਮੈਂ ਫਿਰ ਹੈਂਡਓਵਰ ਕਰ ਲੈਣਾ ਇੱਕ ਦੋ ਦਿਨ ਦੀ ਉਦਾਸੀ ਬਾਸੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਿੱਧਾ ਪੱਧਰ ਹੋ ਜਾਏਗਾ ਕਬੂਤਰਬਾਜ਼ੀ ਖਤਮ ਹੋ ਗਈ ਹੁਣ ਤਾਂ ਯਾਰ ਅਸੀਂ ਤਾਣ ਵੇਖਣਾ ਲੋਕਾਂ ਨੂੰ ਵੀ ਦਿਖਾਣਾ ਆਹ ਵੀ ਵੇਖਣਾ ਕਬੂਤਰਬਾਜ਼ੀ ਦੇ ਬਗੈਰ ਆਪਣਾ ਗੁਜ਼ਾਰੇ ਨੀ ਗਾ ਅਸੀਂ ਇਹਦੇ ਨਾਲ ਚੱਲਾ ਹੀ ਚਲਾਣਾ ਅਸੀਂ ਕਬੂਤਰਬਾਜ਼ੀ ਕਰਨੀ ਕਰਨੀ ਹੈ ਦੋਸਤੋ ਤੁਹਾਨੂੰ ਕਬੂਤਰਬਾਜ਼ੀ ਦਿਖਾਉਂਦੇ ਰਹਾਂਗੇ ਪੂਰਾ ਦਿਖਾਉਂਦੇ ਰਹਾਂਗੇ ਕਬੂਤਰ ਤਾਂ ਦੋ ਤਿੰਨ ਦਿਨ ਬਾਜ਼ੀਆਂ ਜਦੋਂ ਖਤਮ ਹੋਣ ਨਾ ਵਿੱਚ ਵਫਾ ਪੈਂਦਾ ਹੀ ਹੈ ਤਿੰਨ ਚਾਰ ਪੰਜ ਦਿਨ ਬੰਦਾ ਦਸ ਵਿੰਗਾਂ ਚ ਹਫਤਾ ਦਸ ਹੋ ਜਾਂਦਾ ਕਿ ਬਾਜ਼ੀਆਂ ਦਾ ਟਾਈਮ ਨਿਕਲਿਆ ਹੁੰਦਾ ਬਾਜ਼ੀਆਂ ਜਦੋਂ ਨਿਕਲੀ ਹੁੰਦੀ ਨੇ ਬੰਦਾ ਫਿਰ ਬੈਗ ਮਾਰਦਾ
ਬੈਕ ਮਾਰ ਦੋ ਬਸ ਫਿਰ ਇੰਟਰਸਟਡ ਹੁੰਦਾ ਪੈਦਾ ਫਿਰ ਇਨਸ਼ਾਅੱਲਾ ਹੁੰਦਾ ਹੁਣ ਦੇਖੋ ਮੈਂ 3-4 ਦਿਨ ਤੋਂ ਚੜਿਆ ਨਹੀਂ ਉੱਤੇ ਮੇਰੇ ਕੋਲ ਆਇਆ ਨਹੀਂ ਜਾ ਰਿਹਾ ਮੈਨੂੰ ਨਾ ਬੁਖਾਰ ਜਿਹਾ ਲੱਗਦਾ ਪਿਆ ਹੁਣ ਵੀ ਮੈਂ ਉੱਥੇ ਡਿੱਗਾ ਸੀ ਅਤੇ ਮੈਨੂੰ ਇਹਨੇ ਪਾਪਾ ਜੀ ਮੈਨੂੰ ਬੁਲਾਇਆ ਅਤੇ ਫਿਰ ਮੈਂ ਉੱਤੇ ਆਇਆ ਅਤੇ ਇਨਸ਼ਾਅੱਲਾ ਸ਼ੁਗਲ ਮੇਲਾ ਦਹਾਵਾਂਗੇ ਭੈਣ ਕਿਉਂ ਨਹੀਂ ਕਰਨਾ ਫਿਰ ਸ਼ਮਾ ਜੀ ਗੱਲ ਹੈਗੀ ਇਸ ਕੋਲ ਉਹ ਮੇਰੇ ਕੋਲ ਸਾਜਰ ਦੀਆਂ ਬੱਤੀਆਂ ਬਲਦੀਆਂ ਪਈਆਂ ਜੀ ਨੇੜਾ ਕੋਪ ਕਿਹੜਾ ਗੱਲ ਹੈਗੀ ਇਸ ਤਰ੍ਹਾਂ ਤਿਆਰੀ ਹੁੰਦੀਆਂ ਨੇ ਅਗਲੇ ਕਰਦੇ ਨੇ ਤਿਆਰੀ ਅਗਲੇ ਢਿੱਲਦੇ ਨਹੀਂ ਪਈ ਅਗਲੇ ਨੂੰ ਪਤਾ ਸੀ ਕਬੂਤਰ ਬਣਾਉਣੇ ਨੇ ਸ਼ੋਅ ਦਿਖਾਉਣਾ ਇੱਧਰ ਵੀ ਤਿਆਰੀ ਆਹ ਦੇਖੋ ਉਧਰ ਹੀ ਬੱਤੀਆਂ ਆ ਤਾਂ ਮੈਂ ਵੀ ਕੱਢੇ ਸੀ ਕੱਲ ਬੜੇ ਕਬੂਤਰ ਕੱਢੇ ਸੀ ਮੈਂ ਵੀ ਉਹ ਤੁਸੀਂ ਮੈਨੂੰ ਕਿਹਾ ਦੁਪਹਿਰ ਨੂੰ ਕੱਢਿਆ ਨਾ ਘਰ ਮੈਂ ਤਦ ਹੋ ਗਿਆ ਫਿਰ ਅੱਜ ਨਹੀਂ ਕੱਲ ਕਬੂਤਰ ਕੱਢਿਆ ਕਰੋ ਕਬੂਤਰ ਕੱਢ ਕੇ ਕੋਲ ਬਹਿਣਾ ਪੈਂਦਾ ਮੈਂ ਹੁਣ ਕੱਲ ਤੋਂ ਆਪ ਆਇਆ ਕਰਾਂਗਾ ਮੈਂ 5 ਵਜੇ ਉੱਤੇ ਆ ਜਾਂਦਾ ਮੈਂ ਉਹਨੂੰ ਛਾਂ ਕਰੀ ਮੈਂ ਤਰਪਾਲ ਲਿਆ ਕੇ ਛਾਂ ਕਰਕੇ 5 ਵਜੇ ਉੱਤੇ ਆ ਕੇ ਬਹਿ ਜਾਣਾ 5 ਵਜੇ ਵੈਸੇ ਛਾਂ ਹੀ ਹਾਂ ਤੇ ਉਸ ਤੋਂ ਬਾਅਦ ਕਬੂਤਰ ਕੱਢ ਕੇ ਬੈਠੇ ਰਹਿੰਦਾ ਕਬੂਤਰ ਛੱਡ ਕੇ ਕੋਲ ਬਹਿਣਾ ਪੈਣਾ ਇੱਕ ਇੱਕ ਕਬੂਤਰ ਬੜੀ ਬੜੀ ਮੁਸ਼ਕਿਲ ਇਕੱਠਾ ਕੀਤਾ ਇੱਕ ਇੱਕ ਕਬੂਤਰ ਬਹੁਤ ਕੀਮਤੀ ਕਬੂਤਰ ਨੇ ਇਹ ਹੁਣ ਸਾਰੇ ਦੜਵੀ ਵਾਲਾ ਮਾਲ ਤੇ ਹੈ ਨਹੀਂ ਤੇ ਜਿਹੜਾ ਡਿੱਗ ਵੀ ਜਾਏਗਾ ਤੇ ਕੋਈ ਗੱਲ ਨਹੀਂ ਇਹਦੇ ਪਿੱਛੇ ਬਹਿਣਾ ਪੈਣਾ ਕਿਹੜਾ ਆ ਰਿਹਾ ਕਿਹੜਾ ਜਾ ਰਿਹਾ ਸਿਸਟਮ ਚਾਲੂ ਰਹੇਗਾ ਹੁਣ ਵੀ ਤੇ ਡਿੱਗ ਪਿਆ ਤੇ ਉਹ ਉਹਨਾਂ ਨੂੰ ਬਾਈਕ ਫੇਰ ਲੈ ਗਈ ਫਲਾਨ ਵੱਡੀ ਕੋ ਡਿੱਗ ਪਿਆ ਨਵਾਂ ਕਬੂਤਰ ਸੀ ਅਸੀਂ ਫੜ ਕੇ ਬਾਹਰ ਉਹਨੂੰ ਲਾ ਰੰਗ ਮੈਨੂੰ ਨਿਸ਼ਾਨੀ ਲਾਈ ਸੀ ਉਹਨੇ ਫੜ ਕੇ ਚੁੱਕ ਕੇ ਬਾਹਰ ਛੁੱਟਦਾ ਉਹ ਬੜਾ ਰੁੱਲਿਆ ਬੜਾ ਸ਼ੁਕਰ ਦਿਖਾਵਾਂਗੇ ਭਾਜੀ ਨੇ ਤੇ ਬਾਕੀ ਸਿਸਟਮ ਚੱਲਦਾ ਹੀ ਰਹੇਗਾ ਇਨਸ਼ਾਅੱਲਾ ਫੇਰ ਇਨਸ਼ਾਅੱਲਾ ਸ਼ੋਅ ਦਿਖਾਵਾਂਗੇ ਇਨਸ਼ਾਅੱਲਾ ਅੱਗੋਂ ਅਸੂ ਆ ਰਿਹਾ ਅਸੂ ਦੀਆਂ ਬਾਜ਼ੀਆਂ ਡਾਵਾਂਗੇ ਪਹਿਲੇ ਬਾਜ਼ੀਆਂ ਲਾਵਾਂਗੇ ਜਾਵਾਂਗੇ ਸਦਰ ਵਾਲਿਆਂ ਨਾਲ ਕੋਈ ਜਾ ਕੇ ਹਿਸਾਬ ਤੂੰ ਕਰਨੇ ਆ ਇਨਸ਼ਾਅੱਲਾ ਤਾਲਾ ਸਦਰ ਵਾਲਾ ਲਾ ਕੇ ਬਾਹਰ ਗਵਾਲ ਮੰਡੀ ਲਾ ਲਾਂਗੇ ਉੱਧਰ ਬੜੀਆਂ ਛੱਤਾਂ ਨੇ ਬੜੀਆਂ ਛੱਤਾਂ ਹੋਰ ਇਨਸ਼ਾਅੱਲਾ ਗੜੀ ਛੁਲਾ ਲਾਂਗੇ ਹਾਂ ਇਨਸ਼ਾਅੱਲਾ ਤਾਲਾ ਬੜੀਆਂ ਛੱਤਾਂ ਨੇ ਬੜੀਆਂ ਛੱਤਾਂ ਨੇ ਯਾਰ ਬੜੀਆਂ ਛੱਤਾਂ ਨੇ ਦੁਬਾਰਾ ਲਾ ਲਾਂਗੇ ਇਹ ਸਦਾ ਦੋਸਤੋ ਫਿਰ ਇਨਸ਼ਾਅੱਲਾ ਪਤਾ ਕੀ ਚੱਕਰ ਹੈ ਆਪਣੇ ਮੱਲੇ ਵਾਲਿਆਂ ਨੇ ਕੁਝ ਮੇਰੇ ਦੋਸਤਾਂ ਨੇ ਪਹਿਲੇ ਮੈਨੂੰ ਗਿਲਾ ਕੀਤਾ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਜੋ ਉਹਨਾਂ ਨੇ ਕਹਿਣਾ ਜ਼ਰ ਗੱਲ ਉਹਨਾਂ ਦੇ ਨਾਲ ਰਲ ਕੇ ਚੱਲਣਾ ਪੈਣਾ ਉਹਨਾਂ ਨੇ ਮੈਨੂੰ ਅੱਜ ਬੁਲਾਇਆ ਹੈ ਉਹਨੇ ਕਿਹਾ ਭਾਈ ਤੁਸੀਂ ਸਾਡੇ ਕਾਲ ਆਓ ਉਹਨੇ ਕਹੀ ਸਾਡੇ ਬਗੈਰ ਹੀ ਤੁਸੀਂ ਤੁਰ ਗਏ ਯਾਰ ਮੈਂ ਕਹਿੰਦੀ ਭਾਈ ਨੇ ਅਸੀਂ ਤੁਹਾਡੇ ਬਗੈਰ ਚੜ ਸਕਦੇ ਛਾਤੀ ਤੁਹਾਡੀ ਬਿਲਕੁਲ ਬੇਸਿਕਲੀ ਇਹ ਛੱਤ ਦਾ ਮਾਲਕ ਵਿਕਾਸ ਗੁੱਜਰ ਹੈ ਉਹ ਜੋ ਕਹੇਗਾ ਹੋਣਾ ਉਹ ਹੀ ਹੈ ਕੀ ਬਾਤ ਹੈ ਜੀ ਵਿਕਾਸ ਗੁੱਜਰ ਮੈਂ ਉਹਦਾ ਜਿਹੜਾ ਨਾ ਉਹ ਮੇਰੀ ਛੱਤ ਦਾ ਫੁੱਲ ਟਾਈਮ ਮਾਲਕ ਹੈ ਮੈਨੂੰ ਐਵੇਂ ਨਹੀਂ ਲਾਇਆ ਯਾਰ ਨਾਲ ਇਕੱਠੇ ਸਾਰੇ ਦੂਜੀ ਗੱਲ ਹੈ ਭਾਈ ਜੀ ਮੈਨੂੰ ਉਹ ਜੋ ਕਹੇਗਾ ਮੈਂ ਆਮ ਹੀ ਕਰਨੀ ਉਹ ਛੱਤ ਦਾ ਓਨਰ ਹੀ ਹੋਵੇ ਉਹ ਜਿਹਨੇ ਕਹੇਗਾ ਲਾਵਾਂਗਾ ਜਿਹਨੇ ਕਹੇਗਾ ਨਹੀਂ ਲਾਵਾਂਗਾ ਜ਼ਰ ਗੱਲ ਮੈਂ ਆਪਣੇ ਬੰਦਾ ਤੇ ਨਹੀਂ ਨਾਰਾਜ਼ ਕਰਨੇ ਉਹਨਾਂ ਦੇ ਬਗੈਰ ਅਸੀਂ ਕੱਖ ਦੇ ਵੀ ਨਹੀਂ ਗਏ ਉਹ ਪੂਰਾ ਹੋਲਡ ਰੱਖਦਾ ਪਿੱਛੇ ਹਰ ਚੀਜ਼ ਦਾ ਸਾਥ ਦਿੱਤਾ ਭਾਈ ਜੀ ਨੇ ਸਾਨੂੰ ਬੱਚੇ ਪਲਵਾ ਕੇ ਦਿੰਦਾ ਹਾਂਜੀ 25-30 ਬੱਚੇ 1-1 ਟਾਈਮ ਉਹਨੂੰ ਭੇਜ ਦਿੰਦਾ 10-10 ਬੱਚੇ ਭੇਜ ਦਿੰਦਾ ਤੇ ਮੈਂ ਤਾਂ ਹੁੰਦਾ ਭਾਈ ਮੈਂ ਜ਼ਰ ਕਬੂਤਰ ਉਹ ਛੱਡਦਾ ਛੱਤ ਵੀ ਹੁੰਦੀ ਹੈ ਉਹ ਤੇ ਮੈਨੂੰ ਭਾਈ ਕਹਿੰਦਾ ਸੀ ਤੂੰ ਉੱਤਰ ਜਾ ਥੱਲੇ ਮੈਂ ਇਕੱਲਾ ਹੀ ਬੜਾ ਵਾਂ ਲੇਕਿਨ ਠੀਕ ਹੈ ਯਾਰ ਉਹ ਵੀ ਆਪਣਾ ਆਪਣਾ ਠੀਕ ਹੈ ਸਿਸਟਮ ਚੱਲਦਾ ਰਹਿੰਦਾ ਬਾਕੀ ਵਿਕਾਸ ਭਾਈ ਰਾਤ ਦੀ ਟ੍ਰੇਨਿੰਗ ਦੇਣੀ ਜੀ ਨਹੀਂ ਯਾਰ ਰਾਤ ਦੀ ਟ੍ਰੇਨਿੰਗ ਨਹੀਂ ਇਹ ਨਹੀਂ ਕਿ ਰਾਤ ਨੂੰ ਪੱਲੇ ਨਹੀਂ ਮਾਰਨੇ ਰਾਤ ਨੂੰ ਕਬੂਤਰ ਹੋਣਾ ਕਿਉਂਕਿ ਜਾਣੇ ਨੇ ਜਿਹੜੇ ਉਹਨਾਂ ਨੂੰ ਦੁਪਹਿਰ ਨੂੰ ਉਡਾ ਕੇ ਤੇ ਕਬੂਤਰ ਨੂੰ ਸ਼ਾਮ ਨੂੰ ਬਿਠਾਉਣਾ ਸਿਖਾਉਣਾ ਤੇ ਜਦੋਂ 5 ਵਜੇ ਕਬੂਤਰ ਟਾਂਗ ਕੇ ਨਾ ਗੇੜ ਤੇ ਉਹ ਟਾਂਗ ਕੇ ਕਬੂਤਰ ਗੇੜਦੇ ਨੇ ਉੱਤੇ ਜਾਣ ਵਾਪਸ ਆਉਣ ਉੱਤੇ ਜਾਣ ਵਾਪਸ ਆਉਣ ਐਰਗੀ ਜਿੰਨੀ ਮਾਰ ਮੈਂ ਨੇਰੇ ਤੋਂ ਖਾਧੀ ਨਾ ਨੇਰੇ ਤੋਂ ਕੱਟ ਖਾਧੀ ਪਤਾ ਕੀ ਚੱਕਰ ਹੋਇਆ ਗਰਮੀ ਪਈ ਨਹੀਂ ਗਰਮੀ ਪੈਂਦੀ ਤੇ ਫਿਰ ਸਿਸਟਮ ਚੱਲਦਾ ਜਾਣਾ ਗਰਮੀ ਪਈ ਨਹੀਂ ਸਰਦੀਆਂ ਦਾ ਹਿਸਾਬ ਸੀ ਜਿੰਨੀ ਮਲਾਈ ਸੀ ਚੇਤਰ ਚ ਚਲੀ ਗਈ ਸਾਰੀ ਰਹਿ ਗਈ ਰਾਤ ਉਹ ਚੇਤਰ ਚ ਚਲੀ ਗਈ ਅੱਗੋਂ ਵਿਸਾਖ ਚ ਜਿਹੜੇ ਕੁੱਤਰ ਗਿਣੇ ਛਿਣੇ ਰਹਿ ਗਏ ਸਨ ਕੁੱਤਰ ਓਟਕਲਾ ਸੀਗੇ ਨਹੀਂ ਦੇਖੋ ਝੋਂਸਰਾ ਪਾਇਆ ਰਾਤ ਰਹਿ ਗਿਆ ਠੀਕ ਹੈ ਨਾ ਆਹੋ ਜਿਹੜਾ ਅਸਲ ਸ਼ਾਹ ਦਾ ਕੁੱਤਰ ਉਹ ਰਾਤ ਰਹਿ ਗਿਆ ਮਲੰਗ ਸਾਡਾ ਰਾਤ ਰਹਿ ਗਿਆ ਮਲੰਗ ਰਾਤ ਰਹਿ ਗਿਆ ਕੁੱਤਰ ਸਾਡਾ ਉਹ ਕੀ ਨਾਮ ਹੁੰਦਾ ਕੋੜੇ ਕੁੱਤਰ ਨੇ ਕਿੰਨੇ ਕੋ ਗਿਣੀ ਹੈ ਬੜੇ ਕਬੂਤਰ ਜਿਹੜੇ ਸਾਡੇ ਰਾਤ ਰਹਿ ਗਏ ਇਹ ਕਬੂਤਰ ਅਸੀਂ ਜ਼ਿਆਦਾ ਤੋਂ ਅੱਗੋਂ ਚੇਤਰ ਨਹੀਂ ਲਾਣਾ ਕਰਨਾ ਭਾਵੇਂ ਦੋ ਜੇੜ ਦੇ ਛੱਡ ਕੇ ਵਿਸਾਖ ਦਾ ਤਾਂ ਦੋ ਜੇੜ ਦੇ ਵਿੱਚ ਲਾ ਲਿਆ ਕਰਨਾ ਜੋ ਦੋ ਤਵਾਰ ਜੇੜ ਦੇ ਅਗਲੇ 6 ਤਵਾਰ ਜਿਹਨੇ ਕਹਿਣਾ ਯਾਰ ਅਗਲੇ 6 ਤਵਾਰ ਲਾ ਲਓ ਲੇਕਿਨ ਚੇਤਰ ਨਹੀਂ ਲਾਣਾ ਚੇਤਰ ਚ ਬਾਈ ਤਬਾਹੀਆਂ ਹੁੰਦੀਆਂ ਨੇ ਚੇਤਰ ਖਤਮ ਔਰ ਦੂਜੀ ਗੱਲ ਕਹੀ ਤੂੰ ਕਹਿੰਦਾ ਨਾ ਨੇਰੇ ਚ ਗਜਾ ਲਾ ਇੱਥੇ ਨੇਰੇ ਚ ਕਬੂਤਰ ਗਿੱਜ ਹੀ ਨਹੀਂ ਸਕਦੇ ਵਿੱਚ ਘਰ ਅਸੀਂ ਫਸੇ ਸੱਜੇ ਖੱਬੇ ਉੱਤੇ ਥੱਲੇ ਸਾਰੀਆਂ ਛੱਤਾਂ ਹੀ ਛੱਤਾਂ ਨੇ ਰਾਤ ਨੂੰ ਕਿੰਨਾ ਕੁ ਗਜਾਏਗਾ ਇਹ ਗਿੱਜ ਦੇ ਉੱਥੇ ਨੇ ਜਿਨ੍ਹਾਂ ਦੀਆਂ ਆਊਟਸਾਈਡ ਛੱਤਾਂ ਹੈਗੀਆਂ ਨੇ
ਆਲੇ ਦੁਆਲੇ ਆਪਣਾ ਹਿਸਾਬ ਤਾਂ ਆਵੇ ਪਾਪਾ। ਅਗਰ ਅਸੀਂ ਜਦੋਂ ਛੱਤ ਜਦੋਂ ਬਣਾਵਾਂਗੇ ਹਾਂਜੀ ਤੇ ਅਗਰ ਅਸੀਂ ਜੇੜ ਖੇਡੀਏ ਕਬੂਤਰ ਹੁਣ ਜੇੜ ਖੇਡਿਆ ਜਾਏਗਾ ਯਾਰ? ਗੱਲ ਹੈਗੀ ਕਬੂਤਰ ਤੇਰੇ ਬਣਾ ਤੇ ਡਿਪੈਂਡ ਹੈ, ਹੁਣ ਮੈਂ ਤੈਨੂੰ ਗੱਲ ਦੱਸਦਾ। ਕਬੂਤਰ ਬਣਾਓ, ਅੱਛੇ ਕਬੂਤਰ ਬਣਾਓ, ਲੱਖ ਰੁਪਏ ਚ ਐਂਟਰੀ ਕਰਾਓ, 50,000 ਦੀ ਐਂਟਰੀ ਕਰਾਓ, 25,000 ਦੀ ਐਂਟਰੀ ਕਰਾਓ। ਇਹ ਕੱਪਾਂ ਵਿੱਚ ਕਵੇਂ ਤੇ 200 ਕੱਪ ਵਿੱਚ ਬੰਦਾ ਲੜ ਜਾਂਦਾ ਹੈ। ਛੱਤ ਬਣਾਓ, ਛੱਤ ਮੈਂ ਕਿਉਂ ਛੱਤਾਂ ਦੇ ਪਿੱਛੇ ਪੈ ਗਿਆ? ਇਹ ਛੱਤ ਬਣਾ ਤੇ ਮੈਂ ਏਡੇ ਵੱਡੇ ਜਾਲ ਦੇ ਕਿਉਂ ਨੀ? ਇੱਕ ਤੇ ਵੇਖਣ ਵਾਲਾ ਕਹਿੰਦਾ ਚਿੜੀ ਮਾਰ, ਠੀਕ ਹੈ ਨਾ, ਇੱਕ ਛੱਤ ਸੋਹਣੀ ਬੈਡ ਸ਼ੀਟ ਬਣੇ ਹੋਰ ਰੰਗ ਕੀਤਾ ਹੋਵੇ, ਟਾਪਾ ਸ਼ਾ ਲੱਗੀ ਹੋਣ, ਲੱਟਾਂ ਥੱਲੇ ਡੋਰ ਕਰਕੇ ਲੱਗੀਆਂ ਹੋਣ, ਤੇ ਛੋਟੇ ਛੋਟੇ ਵਿੱਚ ਕੁੱਤੇ ਛਿੱਕੂ ਮਰ ਗਿਆ ਜਿਕਰ ਗੱਲਾਂ ਜੇ ਇੱਥੇ ਡੰਡੇ ਮਾਰ ਮਾਰ ਕੇ ਜਾਂ ਲੱਤ ਤੋੜ ਦੋ ਜਾਂ ਪਾੜ ਰੁੜ ਜਾਂਦੇ ਨੇ, ਤੇ ਇਸ ਕਰਕੇ ਨਾ ਸਿਸਟਮ ਜਿਹੜਾ ਨਾ ਸਹੀ ਨਹੀਂ ਰਹਿੰਦਾ। ਤੇ ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇ, ਪਰਵਰਦਿਗਾਰ ਚਲਾ ਇਨਲਾ ਹਿੰਮਤ ਦੇਵੇ, ਤੇ ਮੈਂ ਇਨਸ਼ਾਅੱਲਾ ਮੈਂ ਆਪਣਾ ਲੱਗਾ ਹਿਸਾਬ ਤਾਂ ਲਾਣੇ ਚ ਲਾ ਕੇ ਇਹਨੂੰ ਬਣਾ ਦੇਣਾ ਇਨਸ਼ਾਅੱਲਾ। ਇਨਸ਼ਾਅੱਲਾ ਫਿਰਕੀ ਅੜੀ ਹੋਈ ਨੇ ਉਹਨੂੰ ਕਰਕੇ ਛੱਡਾਂਗਾ ਇਨਸ਼ਾਅੱਲਾ। ਇਨਸ਼ਾਅੱਲਾ ਇਸ ਕਰਕੇ ਇਨਸ਼ਾਅੱਲਾ ਮੈਂ ਇਹਨੂੰ ਬਣਾ ਦੇਣਾ ਇਨਸ਼ਾਅੱਲਾ। ਲੋ ਬਾਕੀ ਦੋਸਤੋ, ਹਾਂ ਲੋ ਦੋਸਤੋ, ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਮੁਹੱਬਤ ਕੀਤੀ ਪੂਰੀ ਹਰ ਟਾਈਮ ਵੀਡੀਓ ਸੁਣਦੇ ਰਹੇ, ਹੁਣ ਤੁਹਾਡਾ ਵੀ ਤਾਵਨ ਯਾਰ, ਤੁਸੀਂ ਵੀ ਪਿਆਰ ਕਰਦੇ ਰਹੋਗੇ, ਐਂ ਜੁੜੇ ਰਹੋ। ਗੱਲ ਕੀ ਹੈ, ਇਹ ਪਿਆਰ ਮੁਹੱਬਤ ਦਾ ਸ਼ੌਕ ਹੈ, ਪਿਆਰ ਮੁਹੱਬਤ ਦਾ ਪੈਗਾਮ ਹੈ। ਹਾਂਜੀ ਬੇਸ਼ੱਕ, ਰਵੋ। ਇਹ ਬੇਸਿਕਲੀ ਮੈਂ ਅੱਗੇ ਵੀ ਇੱਕ ਦਫਾ ਕਿਹਾ ਸੀ, ਇਹ ਗੈਦਰਿੰਗ ਕਰਨ ਦਾ ਸ਼ੌਕ ਹੈ। ਅਗਰ ਤੁਸੀਂ ਕਹੋ ਨਾ ਕਿ ਸਾਰੀ ਉਮਰ ਦੀਆਂ ਰੋਟੀਆਂ ਅਸੀਂ ਇੱਕ ਮਹੀਨੇ 'ਚ ਕਮਾ ਲਈਏ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਸ਼ੌਕ ਹੈ, ਸ਼ੌਕ ਦੇ ਮੈਂ ਸਿਰਫ ਇਹਦੇ 'ਚ ਹਾਰ ਜਿੱਤ ਹੁੰਦੀ ਹੈ, ਤੇ ਕੋਈ ਕਹਿੰਦਾ ਮੈਂ ਜਿੱਤ ਗਿਆ, ਕੋਈ ਕਹਿੰਦਾ ਮੈਂ ਜਿੱਤ ਗਿਆ, ਕੋਈ ਪੋਸਟਾਂ ਲਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਜਿੱਤ ਗਿਆ। ਯਾਰ ਠੀਕ ਹੈ, ਜਿੱਤਿਆ ਬੰਦਾ ਕਰਦਾ, ਹਰ ਚੀਜ਼ ਕਰਦਾ, ਠੀਕ ਹੈ ਨਾ। ਲੇਕਿਨ ਸਾਡਾ ਉਸਤਾਦ ਜਿਹੜਾ ਨਾ, ਸਾਡਾ ਉਸਤਾਦ ਕਹਿੰਦਾ ਵੀ ਇਸ ਪਾਸੇ ਹਟ ਜਾਓ, ਤੁਸੀਂ ਹਟ ਜਾਂਦੇ ਉਸਤਾਦ, ਉਸਤਾਦ ਦੇ ਬਗੈਰ ਬੰਦਾ ਅਧੂਰਾ ਹੈ। ਨਾਲੇ ਸਾਡਾ ਉਸਤਾਦ ਹੈ ਹੀ ਸ਼ੇਰ ਬੱਬਰ। ਕੀ ਬਾਤ ਹੈ ਜੀ, ਮਾਸ਼ਾਅੱਲਾ। ਉਹ ਭਾਵੇਂ ਜੋ ਹੋਵੇ, ਗੱਲ ਹੈਗੀ ਕਿ ਪਿਓ ਆਪਣੇ ਚੰਗਾ ਹੁੰਦਾ, ਸਿੱਧੀ ਗੱਲ ਹੈ, ਤੇ ਉਸਤਾਦ ਆਪਣਾ ਹੀ ਹੈ। ਕੀ ਬਾਤ ਹੈ ਜੀ, ਮਾਸ਼ਾਅੱਲਾ। ਇਹ ਮੇਰੀ ਇੱਕ ਮੇਰੀ ਕੁਆਲਿਟੀ, ਮੈਂ ਦੂਜੇ ਦੇ ਉਸਤਾਦਾਂ ਦੀ ਵੀ ਓਨੀ ਹੀ ਇੱਜ਼ਤ ਕਰਨਾ ਜਿੰਨੀ ਮੈਂ ਆਪਣੇ ਉਸਤਾਦ ਦੀ ਕਰਨਾ। ਕੀ ਬਾਤ ਹੈ ਜੀ, ਮਾਸ਼ਾਅੱਲਾ। ਕੋਈ ਐ ਨਾ ਸਾਡੇ ਉਸਤਾਦ ਨੂੰ ਕਵੇ ਉਹ ਤੇਰਾ ਯਾਰ ਸ਼ੀਰ ਦਾ ਸਾਰਾ ਬਦਤਮੀਜ਼ ਸੀ। ਮੈਂ ਕਹਿੰਦਾ ਜਿਹੜੇ ਸਾਡੇ ਉਸਤਾਦ ਦੇ ਲੇਵਲ ਦੇ ਨੇ, ਅਸੀਂ ਉਹਨਾਂ ਨੂੰ ਆਪਣੇ ਉਸਤਾਦਾਂ ਵਾਂਗੂ ਸਮਝਨੇ ਆ। ਕੀ ਬਾਤ ਹੈ, ਚਾਹੇ ਉਹ ਮੁਹਾਲਫਾਂ ਦੇ ਉਸਤਾਦ ਨੇ ਤੇ ਚਾਹੇ ਆਪਣੇ ਉਸਤਾਦ ਨੇ, ਉਹਨਾਂ ਦੀ ਓਨਰ ਭਾਜੀ ਸਭ ਨੂੰ ਜ਼ਰੂਰ ਹੈ। ਕੀ ਬਾਤ, ਠੀਕ ਹੈ ਨਾ। ਬਾਕੀ ਦੋਸਤੋ, ਇਨਸ਼ਾਅੱਲਾ ਤੁਹਾਨੂੰ ਮਿਲਨੇ ਆ ਕੱਲ ਵਾਲੀ ਵੀਡੀਓ 'ਚ, ਨੈਕਸਟ ਵੀਡੀਓ 'ਚ ਇਨਸ਼ਾਅੱਲਾ। ਬਾਕੀ ਇਨਸ਼ਾਅੱਲਾ ਤੁਹਾਡਾ ਕੱਲ ਫਿਰ ਮੁਲਾਕਾਤ ਹੋਈ, ਮੈਂ ਹੁਣ ਜ਼ਰਾ ਟਾਇਟ ਹੋ ਰਿਹਾ ਹੁਣ। ਇਨਸ਼ਾਅੱਲਾ, ਇਨਸ਼ਾਅੱਲਾ, ਇਨਸ਼ਾਅੱਲਾ। ਅਸਲਾਮ ਵਾਲੇਕੁਮ।